गुरुवर साहिब विच वधले नशे की रोकथाम के लिए SHO रुपिंदरपाल सिंह ने स्टार्टिंग तो आंदिया ही मीडिया के सामने गल कही सी कि जिन्हें भी नशा तस्कर है चाहे वह छोटे आ चाहे वड्डे आ वड्डे मगरमच्छ भी फड़ांगे तो छोटे भी फड़ांगे तो जिहड़े लोग जुआ जां होर गलत कारोबार करते हैं उन्हां ते शिकंजा कसा जाऊगा। लगातार उन्हां द्वारा जिहड़ी हैगी आ कार्रवाई की जा रही है। हर रोज़ जिहड़े हैगे नशे दे जिहड़े हैगे आ तस्कर फड़े जा रहे आ। उस तों अलावा गल करदे आ तां जिहड़े चोर गिरोह हैगे उन्हां नूं गिरफ़्तार किया जा रहा है। अज एक वड्डी सफलता जिहड़ी हासिल की है गलबात करांगे SHO साहब साडे नाल ने। तुहाडा सब तों पहला गुरुवर साहिब लाइव ते स्वागत है जी। थैंक यू जी। सर अज जिहड़े हैगे किस व्यक्ति नूं फड़िया ते की बरामद होया जी? ਇਹ ਜੀ ਗੁਰਪ੍ਰੀਤ ਸਿੰਘ ਮੋਟੂ ਇੱਥੋਂ ਦਾ ਹੈ, ਰੇਲਵੇ ਬਸਤੀ ਦਾ। ਇਸ ਨੂੰ ਫੜਿਆ ਜੀ, ਇਸ ਤੋਂ 10 ਗ੍ਰਾਮ ਹੀਰੋਇਨ ਬਰਾਮਦ ਹੋਈ ਆ। ਇਹ ਪੀਂਦਾ ਵੀ ਸੀ ਅਤੇ ਵੇਚਦਾ ਵੀ ਸੀ। ਇਸ ਤੋਂ ਪਹਿਲਾਂ ਗੱਲ ਕਰਦੇ ਹਾਂ, ਕੱਲ੍ਹ ਇੱਕ ਮੋਟਰਸਾਈਕਲ ਗਰੋਹ ਫੜਿਆ ਜਾਂਦਾ, ਸ਼ਰਾਬ ਦੀ ਭੱਠੀ ਫੜੀ ਜਾਂਦੀ, ਉਸ ਤੋਂ ਪਹਿਲਾਂ 2 ਕਿਲੋ 14 ਗ੍ਰਾਮ ਹੈਰੋਇਨ ਫੜੀ ਜਾਂਦੀ। ਲਗਾਤਾਰ ਜਿਹੜਾ ਹੈਗਾ ਤੁਸੀਂ ਕਾਮਯਾਬੀ ਵੱਧ ਰਹੇ ਹੋ, ਲੋਕਾਂ ਦਾ ਕੀ ਸਹਿਯੋਗ ਮਿਲ ਰਿਹਾ? ਲੋਕਾਂ ਦਾ ਸਹਿਯੋਗ ਬਹੁਤ ਜ਼ਿਆਦਾ ਹੈ ਜੀ। ਇਹ ਸਾਡੇ ਸਖਤ ਹਦਾਇਤਾਂ ਨੇ ਸਾਡੇ ਬੌਸ ਸਾਡੇ SSP ਸਾਹਿਬ ਵੱਲੋਂ ਕਿ ਸ਼ਹਿਰ ਦੇ ਵਿੱਚ ਇਲਾਕੇ ਦੇ ਵਿੱਚ ਖਾਸ ਕਰਕੇ ਨਸ਼ਾ ਤਸਕਰ ਅਤੇ ਜਿੰਨੇ ਵੀ ਗਲਤ ਆਦਮੀ ਨੇ ਇਹਨਾਂ 'ਤੇ ਸ਼ਿਕੰਜਾ ਕੱਸਿਆ ਜਾਵੇ। ਮੈਂ ਤਾਂ ਪਬਲਿਕ ਨੂੰ ਇਹੀ ਗੱਲ ਕਹਾਂਗਾ, ਗੁਰੂ ਸਾਹਿਬ ਦੇ ਇਲਾਕੇ ਦੇ ਲੋਕਾਂ ਨੂੰ ਵੀ ਅਤੇ ਪਿੰਡਾਂ ਵਾਲਿਆਂ ਨੂੰ ਵੀ, ਕਿ ਪੁਲਿਸ ਦਾ ਸਹਿਯੋਗ ਦਿਓ। ਪੁਲਿਸ ਤੁਹਾਡੇ ਨਾਲ ਆ, ਤੁਸੀਂ ਸਾਡਾ ਸਹਿਯੋਗ ਦਿਓਗੇ, ਨਸ਼ਾ ਤਾਂ ਹੀ ਖਤਮ ਹੋ ਸਕਦਾ ਜੇ ਪਬਲਿਕ ਸਾਥ ਦਊਗੀ। ਤਾਂ ਪਬਲਿਕ ਦਾ ਇੱਕ ਇਹ ਸਵਾਲ ਹੈ ਕਿ ਜਿਹੜੇ ਵੱਡੇ ਨਸ਼ਾ ਤਸਕਰ ਹੈਗੇ ਆ, SHO ਰੁਪਿੰਦਰਪਾਲ ਸਿੰਘ ਕਿਸ ਟਾਈਮ ਵੱਡੀ ਕਾਰਵਾਈ ਕਰਕੇ ਜਿਹੜਾ ਇਲਜ਼ਾਮ ਦੇਣਗੇ? ਇਹ ਜੀ ਸਾਡਾ ਚੱਲ ਰਿਹਾ ਪ੍ਰੋਸੈਸ ਚੱਲ ਰਿਹਾ ਹੈ, ਇਹ ਜਲਦੀ ਹੀ ਤੁਹਾਨੂੰ ਇਸ ਚੀਜ਼ ਦਾ ਵੀ ਰਿਜ਼ਲਟ ਮਿਲੇਗਾ। ਬਾਕੀ ਕਾਰਵਾਈ ਚੱਲ ਰਹੀ ਹੈ, ਸਾਡੇ ਸਾਰਾ ਸਟਾਫ ਲੱਗਿਆ ਹੋਇਆ ਇਸੇ ਕੰਮ ਲਈ, ਇਸ ਚੀਜ਼ ਦਾ ਤੁਹਾਨੂੰ ਜਲਦੀ ਹੀ ਛੇਤੀ ਰਿਜ਼ਲਟ ਦਿੱਤਾ ਜਾਊਗਾ। ਗੁਰੂ ਹਰ ਸਾਹਿਬ ਵਾਸੀਆਂ ਨੂੰ ਨਸ਼ੇ ਤੋਂ ਨਜਾਤ ਦਿੱਤੀ ਜਾਊਗੀ, ਜਿਹੜੇ ਲੋਕ ਵੱਡੇ ਖੇਪਾਂ ਲੈ ਕੇ ਚੱਲ ਰਹੇ ਆ, ਲਗਾਤਾਰ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ। SHO ਸਾਹਿਬ ਦਾ ਇਹੀ ਕਹਿਣਾ ਹੈਗਾ ਵੀ ਜਲਦ ਹੀ ਜਿਹੜੀ ਹੈ ਵੱਡੀ ਕਾਰਵਾਈ ਕਰਕੇ ਹੋਰ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਿਆ ਜਾਊਗਾ। ਇਹਨਾਂ ਦੀ ਇੱਕ ਹੀ ਗੱਲ ਕਹਿਣੀ ਹੈਗੀ ਹੈ, ਜਾਂ ਤਾਂ ਇਸ ਏਰੀਆ ਨੂੰ ਛੱਡ ਜਾਓ, ਜੇ ਇੱਥੇ ਨਸ਼ੇ ਦਾ ਕਾਰੋਬਾਰ ਕਰਨਾ ਤਾਂ ਕਿਸੇ ਤਰ੍ਹਾਂ ਦਾ ਬਰਖਾਸਤ ਜਿਹੜੀ ਗੱਲ ਹੈਗੀ ਆ ਉਹਨਾਂ 'ਤੇ ਕਾਰਵਾਈ ਹੋਊਗੀ ਹੋਊਗੀ, ਕੋਈ ਬਖਸ਼ਿਆ ਨਹੀਂ ਜਾਊਗਾ। ਕੈਮਰਾ ਪਰਸਨ ਰਜਿੰਦਰ ਦੇ ਨਾਲ ਮੈਂ ਸਤਪਾਲ ਥਿੰਦ, ਗੁਰੂ ਹਰ ਸਾਹਿਬ ਲਾਈਵ।